ਮੋਗਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਨੂੰ ਲੈ ਕੇ ਬਾਘਾ ਪੁਰਾਣਾ ਕੋਟਕਪੁਰਾ ਮੁੱਖ ਮਾਰਗ ਦੀ ਆਵਾਜਾਈ ਠੱਪ ਕਰਕੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਅਤੇ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਭਾਵੇਂ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਗਈ ਸੀ, ਪਰ ਪੰਜਾਬ ਸਰਕਾਰ ਵੱਲੋਂ ਪ੍ਰਬੰਧਾਂ ਦੇ ਕੀਤੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਜਿੱਥੇ ਮੰਡੀਆਂ ਵਿੱਚ ਬਾਰਦਾਨੇ ਦੀ ਭਾਰੀ ਕਮੀ ਕਾਰਨ ਕਿਸਾਨ ਖੱਜਲ ਖੁਆਰ ਹੋ ਰਿਹਾ ਹੈ, ਉੱਥੇ ਹੀ ਲਿਫਟਿੰਗ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਮੁੱਚੀਆਂ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ ਅਤੇ ਕਿਸਾਨਾਂ ਵੱਲੋਂ ਵੇਚੀ ਫਸਲ ਦਾ ਸਮੇਂ ਸਿਰ ਭੁਗਤਾਨ ਵੀ ਨਹੀਂ ਹੋ ਰਿਹਾ। ਬੰਦ ਹੋ ਰਹੀਆਂ ਸਾਡੇ ਨੌਜਵਾਨਾਂ ਨੇ ਸਰੀਰਾਂ 'ਚ ਸਰੀਰਾਂ ਨਹੀਂ ਨਿਕਲੀਆਂ, ਇਹ ਚਿੱਟੇ ਦੇ ਵਪਾਰੀ ਨਹੀਂ ਲੈਂਦੇ, ਇਸ ਕਰਕੇ ਇਕੱਲੇ ਇਕੱਲੇ ਨੂੰ ਜਾਗਰੂਕ ਹੋਣ ਦੀ ਲੋੜ ਹੈ, ਇਕੱਲੇ ਇਕੱਲੇ ਨੂੰ ਬੋਲਣ ਦੀ ਲੋੜ ਹੈ, ਇਹ ਬੁਲਾਰੇ ਬਣਨ ਦੀ ਲੋੜ ਹੈ, ਤੁਹਾਨੂੰ ਸਮਝਣ ਦੀ ਲੋੜ ਹੈ। ਇਹ ਭਰਾਵੋ ਤੁਹਾਡੇ ਅੰਦੋਲਨ ਨੇ ਅੱਜ ਤੱਕ ਤੁਹਾਨੂੰ ਦਿੱਤਾ ਕੀ ਹੈ? ਅੱਜ ਮੈਂ ਕੋਲ ਪਲਾਜ਼ਾ ਰੋਕੀ ਬੈਠੇ ਹੋ, ਪੰਪ ਰੋਕੀ ਬੈਠੇ ਹੋ, ਮਿਸਰੇ ਕਿੰਨੇ ਨਾਰੇ ਰੋਕੇ ਹੋਏ ਆ, ਤੁਹਾਡੇ ਚੋਂ ਨਸ਼ੇ ਵਾਲੀ ਮਾਨਤਾ ਜਿਹੜੀ ਉਹ ਦੂਰ ਹੋ ਗਈ। ਬੱਚਾ ਬੱਚੀ ਕਿਸਾਨ ਏਕਤਾ ਦੇ ਨਾਰੇ ਲਾਉਣ ਲੱਗ ਗਿਆ, ਤੁਹਾਡੇ ਝੰਡੇ ਹਰ ਜਗ੍ਹਾ ਝੂਲਣ ਲੱਗ ਗਏ, ਜਾਤਾਂ ਪਾਤਾਂ ਧਰਮਾਂ ਤੋਂ ਬੋਲੀ ਜਿੱਥੇ ਲੜਾ ਕੇ ਇਹ ਵੋਟਾਂ ਲੈਂਦੇ ਨੇ, ਇਹ ਰਾਜ ਭਾਗ ਦੀ ਉਮਰ ਲੰਮੀ ਕਰਦੇ ਨੇ ਤੁਹਾਨੂੰ ਲੜਾ ਕੇ, ਇਸ ਗੱਲ ਤੋਂ ਦੂਰ ਹੋਏ। ਜਿਹੜੇ ਹਰਿਆਣੇ ਨੇ ਇਹਨਾਂ ਨੇ ਤੁਹਾਡਾ ਤਕਲੇਰ ਝੇੜਿਆ ਸੀ ਵੀ ਪਾਣੀ ਹਰਿਆਣੇ ਨੂੰ ਦਿੰਦੇ ਆ, ਚੰਡੀਗੜ੍ਹ ਹਰਿਆਣੇ ਨੂੰ ਦਿੰਦੇ ਆ, ਉਹ ਕਿਹੜੇ ਪਾਣੀ ਦੀ ਗੱਲ ਕਰਦੇ ਹੋ? ਉਹ ਦੁੱਧ ਦੀਆਂ ਮੇਰਾ ਲਗਾਤੀਆਂ ਹਰਿਆਣੇ ਵਾਲਿਆਂ ਨੇ। ਉਹ ਤੁਹਾਡੇ ਕਿਸਾਨ ਭਰਾਵੋ ਆਪ ਸਭ ਦੇ ਸਾਹਮਣੇ ਇੱਕ ਬੇਨਤੀ ਕਰਨ ਲੱਗੇ ਹਾਂ, ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਗੱਠਾਂ ਦਾ ਇੰਤਜ਼ਾਮ ਕੀਤਾ ਗਿਆ ਉਸ ਬਾਰੇ ਮੈਂ ਥੋੜ੍ਹਾ ਆਪ ਸਭ ਨੂੰ ਚਾਨਣਾ ਪਾਉਣਾ ਚਾਹੁੰਦਾ ਕਿ ਸਾਨੂੰ 300 ਗੱਠ FCL ਤੋਂ ਅਲਾਟ ਹੋਈ ਹੈ ਬਾਘਾਪੁਰਾ ਮੰਡੀ ਲਈ, ਜੋ ਕਿ ਸਮੂਹ ਏਜੰਸੀਆਂ ਖਰੀਦ ਕਰਨਗੀਆਂ 300 ਗੱਠ ਨਾਲ, ਤੇ 100 ਗੱਠ ਰੁਦਰਪੁਰ ਉੱਤਰਾਖੰਡ ਤੋਂ ਆ ਰਹੀ ਹੈ, ਉਹ ਵੀ ਸ਼ਾਮ ਨੂੰ 6 ਵਜੇ ਤੱਕ ਉਪਲਬਧ ਹੋ ਜਾਵੇਗੀ ਬਾਘਾਪੁਰਾ ਮੰਡੀ ਵਿੱਚ, ਤੇ 30 ਗੱਠਾਂ ਫੂਡ ਸਪਲਾਈ ਨਿਹਾਲ ਸਿੰਘ ਵਾਲਾ ਦਿੱਤੀਆਂ ਗਈਆਂ ਹਨ, ਜੋ ਕਿ ਬਾਘਾਪੁਰਾਣੀ ਮੰਡੀ ਵਿੱਚ ਵੀ ਯੂਟੀਲਾਈਜ ਹੋਣੀ ਹੈ। ਜਿਵੇਂ ਕਿ ਹੁਣ ਤੱਕ 800 ਗੱਠ ਯੂਟੀਲਾਈਜ ਹੋ ਚੁੱਕੀ ਹੈ 4 ਲੱਖ ਗੱਠੇ ਦੀ ਪਰਚੇਜ ਵਿੱਚੋਂ, ਤੇ 4 ਲੱਖ ਗੱਠਾਂ ਹੋਰ ਬਕਾਇਆ ਰਹਿੰਦਾ ਬਾਘਾਪੁਰਾਣਾ ਮੰਡੀ ਖਰੀਦਣ ਦੇ ਲਈ, ਤੇ ਉਹਦੇ ਵਿੱਚੋਂ 400 ਗੱਠ ਇਹ ਹੋ ਗਈ ਤੇ ਸੋਮਵਾਰ ਤੱਕ ਪੂਰੀ 800 ਗੱਠ ਕੰਪਲੀਟ ਹੋ ਜੂਗੀ, ਇੱਥੇ ਹਫਤਾ ਵੀ ਹੋ ਗਿਆ, 15 ਦਿਨ ਵੀ ਹੋ ਗਏ, ਇਹ ਸਰਕਾਰ ਨੂੰ ਆਏ ਨਹੀਂ ਪਤਾ ਵੀ ਇਹ ਅਨਾਜ ਕਿੰਨਾ ਪੈਦਾ ਕਰਨਾ, ਇਹਨੂੰ ਪੈਕਿੰਗ ਕਰਕੇ ਸਟੋਰਾਂ 'ਚ ਲਾਉਣ ਵਾਸਤੇ ਸਾਨੂੰ ਬਾਰਦਾਨਾ ਕਿੰਨਾ ਚਾਹੀਦਾ। ਜਦੋਂ ਤੋਂ ਮੇਰੀ ਸੁਰਤ ਸੰਭਲੀ ਹੈ ਉਦੋਂ ਤੋਂ ਇਹੀ ਬਹਾਨਾ ਹੈ, ਜਿੱਥੇ ਕਿ ਇਹਨਾਂ ਨੂੰ ਇੱਕ ਇੱਕ ਬਸਤੀ ਦਾ ਪਤਾ ਵੀ ਵੋਟਾਂ ਕਿੰਨੀਆਂ, ਉੱਥੇ ਸ਼ਰਾਬ ਦੇ ਡੱਬੇ ਕਿੰਨੇ ਲੱਗਦੇ ਹੈ, ਵੋਟਾਂ 'ਤੇ ਕੈਪਰਿੰਗ ਕਿਹਨੇ ਕਰਨੀ ਹੈ, ਬੂਥਾਂ 'ਤੇ ਕਬਜ਼ੇ ਕਿਹਨਾਂ ਨੇ ਕਰਨੇ ਹੈ, ਇੱਕ ਇੱਕ ਗੱਲ ਦਾ ਪਤਾ, ਜਿਹੜਾ ਕਿ ਕਿਸਾਨ ਦਾ ਅਨਾਜ ਪੈਦਾ ਕੀਤਾ ਉਹਨੂੰ ਸਾਂਭਣ ਵਾਸਤੇ ਇਕੱਲੀਆਂ ਬੋਰੀਆਂ ਦਾ ਪ੍ਰਬੰਧ ਨਹੀਂ ਕਰ ਸਕਦੇ, ਇਹ ਨਿਕੰਮੀ ਸਰਕਾਰ ਹੈ। ਯਾਨੀ ਕਿਸੇ ਨੇ ਸਾਰ ਨਹੀਂ ਲਈ ਅੱਜ ਤੱਕ, ਜਦੋਂ ਮਾਰਕੀਟ ਕਮੇਟੀ ਵਾਲਿਆਂ ਨੂੰ ਮਿਲਦੇ ਹਾਂ, SDM ਨੂੰ ਮਿਲਦੇ ਹਾਂ, ਲਗਾਤਾਰ ਧਿਆਨ 'ਚ ਲਿਆ ਰਹੇ ਹਾਂ, ਕਿਸਾਨ ਪੀੜਤ ਹੈ, ਉੱਤੋਂ ਬਾਰਿਸ਼ਾਂ ਦਾ ਮੌਸਮ ਹੈ, ਇਹ ਕਿਉਂ ਮਤਲਬ ਇੰਨਾ ਲਮਕਾਇਆ ਜਾ ਰਿਹਾ, ਕੋਈ ਹਫ਼ਤੇ ਤੋਂ ਬੈਠਾ, ਕੋਈ 10 ਦਿਨ ਤੋਂ, ਕੋਈ 15 ਦਿਨ ਤੋਂ, ਇਹ ਅਸੀਂ ਮਜਬੂਰੀ ਬਸ ਅੱਜ ਸੜਕ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨ ਵਾਸਤੇ ਸ਼ਾਂਤਮਈ ਢੰਗ ਨਾਲ ਬੈਠੇ। ਇਹ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਜਿਹੜਾ ਬਾਰਦਾਨਾ ਭੇਜਿਆ ਜਾਵੇ ਮੰਡੀਆਂ ਦੇ ਵਿੱਚ, ਕਿਸਾਨ ਘਰਾਂ ਨੂੰ ਜਾਣ ਜਾਂ ਜਿਹੜਾ ਦਿੱਲੀ ਸੰਘਰਸ਼ ਚੱਲਦਾ ਪਿਆ ਉਹਦੇ ਵਿੱਚ ਸ਼ਮੂਲੀਅਤ ਕਰ ਸਕਣ, ਅਤੇ ਇਹ ਬਾਰਦਾਨਾ ਕਿੰਨਾ ਭੇਜ ਰਹੇ ਆ, ਜੇ ਕਿਸੇ ਨੂੰ ਬਾਰਦਾਨਾ 12,038 ਨੂੰ ਮਿਲਦਾ ਉਹਦੇ ਵਿੱਚੋਂ ਸਿਰਫ ਪਹਿਲੀ ਸੈਫਟ ਦੇ ਵਿੱਚ 500 ਬਾਰਦਾਨਾ ਆਉਂਦਾ, ਦੂਜੀ ਦੇ ਵਿੱਚ ਵੀ 500 ਆਇਆ, ਤਾਂ 3 ਸੈਫਟਾਂ ਦੇ ਵਿੱਚ 1500 ਆਇਆ 12,000 ਦੇ ਵਿੱਚੋਂ, ਅਤੇ ਫਿਰ ਕਿਵੇਂ ਭਰਾਈ ਹੋਊਗੀ ਕਿਸਾਨ ਦੀ? ਅਸੀਂ ਇਹੀ ਮੰਗ ਆ ਮੁੱਖ ਪੰਜਾਬ ਸਰਕਾਰ ਨੂੰ ਵੀ ਆ, ਕੇਂਦਰ ਸਰਕਾਰ ਨੂੰ ਵੀ ਆ, ਤਾਂ ਹੋਰ ਵੀ ਜਿਹੜੀਆਂ ਮਾਰਕੀਟ ਕਮੇਟੀਆਂ ਹੈਗੀਆਂ ਪਣਸਾਪਾ ਜਾਂ ਹੋਰ ਹੈਗੀਆਂ ਜਿਹੜੀਆਂ ਮਾਰਕਫੈਡ ਵਰਗੀਆਂ ਹੈਗੀਆਂ, ਤਾਂ ਉਹਨਾਂ ਨੂੰ ਬੇਨਤੀ ਹੈ ਵੀ ਜਲਦ ਤੋਂ ਜਲਦ ਜਿਹੜੀ ਕਿਸਾਨਾਂ ਦੀ ਭਰਾਈ ਕੀਤੀ ਜਾਵੇ ਜਿਹੜਾ ਬਾਰਦਾਨਾ ਲਿਆ ਕੇ। ਚੜ੍ਹਦੀ ਗੱਲ ਸਿਰੇ ਤਾਂ ਇਹ ਧਰਨਾ ਜਿਹੜਾ ਇੱਦਾਂ ਹੀ ਚੱਲਦਾ ਰਹੂਗਾ, ਜੇ ਕੋਈ ਪੱਕਾ ਵਿਸ਼ਵਾਸ ਦਵਾ ਕੇ ਜਾਂਦੇ ਵੀ ਇੰਨੇ ਟਾਈਮ ਦੇ ਵਿੱਚ ਬਾਰਦਾਨਾ ਆਜੂਗਾ ਤਾਂ ਫਿਰ ਅਸੀਂ ਧਰਨਾ ਚੱਕਾਂਗੇ। ਦੂਜੀ ਗੱਲ ਇਹ ਹੈ ਕਿ 72 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਆ ਕਿਸਾਨ ਦੀ ਜਿਹੜੀ ਹੈਗੀ ਆ ਕਣਕ ਆ ਫਸਲ ਆ ਜਿਹੜੀ ਤੁਲਣੀ ਚਾਹੀਦੀ ਆ, ਅਤੇ 72 ਘੰਟਿਆਂ ਦੇ ਵੀ ਇਹ ਤਾਂ ਬਹੁਤ ਜ਼ਿਆਦਾ ਘੰਟੇ ਹੋ ਗਏ ਆ, ਅਤੇ ਜਿਹੜੇ ਕਿਸਾਨ 10-10 ਦਿਨ ਹੋ ਗਏ ਬੈਠਿਆਂ ਨੂੰ, ਤਾਂ ਇਹਦਾ ਹੱਲ ਕਰਨਾ ਚਾਹੀਦਾ, ਨਹੀਂ ਤਾਂ ਇਹ ਧਰਨਾ ਜਿਹੜਾ ਇੱਦਾਂ ਹੀ ਚੱਲਦਾ ਰਹੂ।